ਸ਼ਤ੍ਰੇਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ ਮੈਂ ਹਕਮਲਪ੍ਰੀਤ ਸਿੰਘ ਤੇ ਲੈ ਕੇ ਹਾਜ਼ਰਾਂ ਦੁਨੀਆ ਪਰ ਦੀਆਂ ਚੌਥੀਆਂ ਖਬਰਾਂ ਪੰਜਾਬ ਮਿਲ ਖਬਰਾਂ ਦੇ ਸਪਾਂਸਰ ਨੇ ਰੀਅਲ ਏਸਟੇਟ ਬ੍ਰੋਕਰ ਮੋਹਨ ਜੀਮਾ ਰੀਅਲ ਏਸਟੇਟ ਦੀ ਦੁਨੀਆ ਦਾ ਮੰਨਿਆ ਪਰ ਮੰਨਿਆ ਨਾਂ ਬਾਈਡਨ ਨੇ ਭਾਰਤੀ ਮੂਲ ਦੀ ਨੀਰਾ ਟੰਡਨ ਦਾ ਪੱਖ ਤੋੜਦਿਆਂ ਕਿਹਾ ਨੀਰਾ ਟੰਡਨ ਚੰਗੀਆਂ ਨੀਤੀਆਂ ਬਣਾਉਂਚ ਸਮਰਾਤ ਫਲੋਰੀਡਾ ਚ ਕਰੋਨਾ ਮਾਮਲੇ ਹੋਏ 10 ਲੱਖ ਤੋਂ ਪਾਰ ਅਮਰੀਕਾ ਚ ਇਕਾਂਤ ਵਾਸ ਦਾ ਸਮਾਂ 14 ਦਿਨਾਂ ਤੋਂ ਘਟ ਕੇ ਹੋ ਸਕਦਾ ਹੈ 7 ਤੋਂ 10 ਦੇ ਸਰਹੱਦ ਤੇ ਵੱਖ ਹੋਏ 628 ਬੱਚੇ ਆਪਣੇ ਪਰਿਵਾਰਾਂ ਨਾਲ ਮਿਲਣ ਦੀ ਉਡੀਕ ਕਿਸਾਨ ਅੰਦੋਲਨ ਨੂੰ ਵਿਦੇਸ਼ਾਂ ਤੋਂ ਮਿਲ ਰਿਹਾ ਹੈ ਭਾਰੀ ਸਮਰਥਨ ਓਨ ਆਸਟ੍ਰੇਲੀਆ ਕੈਨੇਡਾ 'ਚ ਪ੍ਰਦਰਸ਼ਨ ਦੀ ਤਿਆਰੀ ਆਸਟ੍ਰੇਲੀਆਈ ਸੈਨਿਕ ਦੀ ਤਸਵੀਰ ਦੇ ਵਿਰੋਧ ਮਾਮਲੇ 'ਚ ਚੀਨ ਨੇ ਮਾਫੀ ਮੰਗਣ ਤੋਂ ਕੀਤਾ ਇਨਕਾਰ ਜਾਪਾਨੀ ਸੰਸਦ ਨੇ ਲਿਆ ਫੈਸਲਾ ਸਾਰੇ ਨਾਗਰਿਕਾਂ ਨੂੰ ਮੁਫਤ 'ਚ ਲੱਗੇਗਾ ਕਰੋਨਾ ਦਾ ਟੀਕਾ ਪਰਮਾਣੂ ਬੰਬ ਬਣਾਉਣ ਦੀ ਨਵੀਂ ਫੈਕਟਰੀ ਬਣਾ ਰਿਹਾ ਹੈ ਪਾਕ ਸੈਟੇਲਾਈਟ ਤਸਵੀਰਾਂ ਤੋਂ ਹੋਇਆ ਖੁਲਾਸਾ ਅਤੇ ਫਾਈਜ਼ਰ ਬਾਇਓਟੈਕ ਵੈਕਸੀਨ 65 ਤੋਂ ਜ਼ਿਆਦਾ ਉਮਰ ਵਾਲਿਆਂ ਲਈ ਵੀ ਸੁਰੱਖਿਅਤ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕਾ ਦੇ ਨਵੇਂ ਚੁਣੇਗੇ ਰਾਸ਼ਟਰਪਤੀ ਜੋ ਬਾਈਡਨ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਅਮਰੀਕੀ ਨੀਰਾ ਟੰਡਨ ਬਿਹਤਰੀਨ ਨੀਤੀਆਂ ਬਣਾਉਣ ਦੇ ਵਿੱਚ ਸਮਰੱਥ ਹੈ ਅਤੇ ਉਹਨਾਂ ਨੂੰ ਵਕਫ-ਵਕਫ ਸਰਕਾਰਾਂ ਦੇ ਨਾਲ ਕੰਮ ਕਰਨ ਦਾ ਮਹੱਤਵਪੂਰਨ ਅਨੁਭਵ ਵੀ حاصل ਹੈ ਬਾਈਡਨ ਨੇ ਮੰਗਲਵਾਰ ਨੂੰ ਵਾਈਟ ਹਾਊਸ ਵਿੱਚ ਸੀਨੀਅਰ ਅਹੁਦੇ ਪਰਬੰਧਨ ਅਤੇ ਬਜਟ ਦਫ਼ਤਰ ਨਿਰਦੇਸ਼ਕ ਵਜੋਂ ਨੀਰਾ ਟੰਡਨ ਨੂੰ ਨਾਮਜ਼ਦ ਕਰਨ ਦਾ ਅਧਿਕਾਰਿਕ ਐਲਾਨ ਕਰਨ ਤੋਂ ਬਾਅਦ ਇਹ ਬਿਆਨ ਦਿੱਤਾ ਹੈ ਜੇਕਰ ਅਮਰੀਕੀ ਸੈਨੇਟ ਚ ਵੀ ਇਸ ਅਹੁਦੇ ਲਈ ਟੰਡਨ ਦੇ ਨਾਮ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਵਾਈਟ ਹਾਊਸ ਵਿੱਚ ਪ੍ਰਭਾਵਸ਼ਾਲੀ ਪ੍ਰਬੰਧਨ ਅਤੇ ਬਜਟ ਦੀ ਮੁਖੀ ਬਨਣ ਵਾਲੀ ਇਹ ਪਹਿਲੀ ਗੈਰ ਸ਼ੌਯਤ ਔਰਤ ਹੋਵੇਗੀ ਉਦੋਂ ਜੋ ਬਾਈਡਨ ਨੇ ਨਿਊਯਾਰਕ ਟਾਈਮਜ਼ ਨੂੰ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਉਹਨਾਂ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਹਰਾ ਕੇ ਦੇਸ਼ ਲਈ ਕੁਝ ਚੰਗਾ ਕੰਮ ਕੀਤਾ ਹੈ ਅਤੇ ਅਜਿਹਾ ਕਰਕੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਉਹ ਇੱਕ ਹੋਰ ਕਾਰਜਕਾਲ ਲਈ ਵਾਈਟ ਹਾਊਸ ਵਿੱਚ ਨਹੀਂ ਰਹਿਣਗੇ ਅਮਰੀਕਾ 'ਚ ਕਰੋਨਾ ਵਾਇਰਸ ਦੇ ਮਾਮਲੇ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ ਹਨ ਇਸੇ ਲੜੀ 'ਚ ਹੁਣ ਦੇਸ਼ ਦੇ ਸੂਬੇ ਫਲੋਰੀਡਾ ਵਿੱਚ 1 ਮਿਲੀਅਨ ਯਾਨੀ 10 ਲੱਖ ਤੋਂ ਵੱਧ ਕਰੋਨਾ ਵਾਇਰਸ ਦੀ ਲਾਗ ਦੇ ਮਾਮਲੇ ਦਰਜ ਕੀਤੇ ਹਨ ਇਸ ਅੰਕੜੇ ਨੂੰ ਪਾਰ ਕਰਕੇ ਫਲੋਰੀਡਾ ਟੈਕਸਾਸ ਅਤੇ ਕੈਲੀਫੋਰਨੀਆ ਤੋਂ ਬਾਅਦ ਤੀਜਾ ਸੂਬਾ ਬਣ ਗਿਆ ਹੈ ਫਲੋਰੀਡਾ ਦੇ ਸਿਹਤ ਵਿਭਾਗ ਅਨੁਸਾਰ ਮੰਗਲਵਾਰ ਨੂੰ 8847 ਨਵੇਂ ਮਾਮਲੇ ਸ਼ਾਮਲ ਕੀਤੇ ਜਾਣ ਤੋਂ ਬਾਅਦ ਸੂਬੇ ਵਿੱਚ ਹੁਣ 10,8168 ਮਾਮਲੇ ਅਤੇ 18,679 ਮੌਤਾਂ ਦਰਜ ਕੀਤੀਆਂ ਗਈਆਂ ਹਨ ਇਹ ਮਾਮਲੇ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਵਿੱਚ ਮਾਸਕ ਪਾਉਣ ਦੀ ਨਿਕੇਹੀ ਅਤੇ ਸਕੂਲਾਂ ਦੇ వ్యక్తిగత ਹਦਾਇਤਾਂ ਲਈ ਖੁੱਲੇ ਰਹਿਣ ਦੇ ਬਿਆਨ ਤੋਂ ਬਾਅਦ ਆਏ ਹਨ ਗਵਰਨਰ ਡਿਸੈਂਟਿਸ ਜੋ ਕਿ ਇੱਕ ਰਿਪਬਲਿਕਨ ਹਨ ਨੇ ਮਹਾਮਾਰੀ ਦੌਰਾਨ ਮਾਸਕ ਪਾਉਣ ਅਤੇ ਕਾਰੋਬਾਰ ਬੰਦ ਕਰਨ ਦਾ ਵਿਰੋਧ ਕੀਤਾ ਸੀ ਅਤੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਫਲੋਰੀਡਾ ਬਹੁਤੇ ਕਾਰੋਬਾਰਾਂ ਨੂੰ ਦੁਬਾਰਾ ਖੋਲਣ ਵਾਲੇ ਸੂਬਿਆਂ ਵਿੱਚੋਂ ਇੱਕ ਸੀ ਇਨਾਹੀ ਨਹੀਂ ਗਵਰਨਰ ਡਿਸੈਂਟਿਸ ਨੇ ਪਿਛਲੇ ਹਫਤੇ ਨਗਰਪਾਲਿਕਾਵਾਂ ਵੱਲੋਂ ਮਹਾਮਾਰੀ ਨਾਲ ਸੰਬੰਧਿਤ ਆਦੇਸ਼ਾਂ ਦੀ ਉਲੰਘਣਾ ਹੋਣ ਤੇ ਜੁਰਮਾਨਾ ਜਾਰੀ ਕਰਨ ਤੇ ਪਾਬੰਦੀ ਲਗਾ ਦਿੱਤੀ ਇਸ ਦਾ ਨਤੀਜਾ ਹੁਣ ਵਾਇਰਸ ਦੇ ਮਾਮਲਿਆਂ ਵਿੱਚ ਵਾਧੇ ਦੇ ਤੌਰ ਤੇ ਸਾਹਮਣੇ ਆ ਰਿਹਾ ਹੈ। ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੀੜਿਤ ਦੇਸ਼ ਸੰਪਰਕ ਵਿੱਚ ਆਏ ਲੋਕਾਂ ਲਈ ਇਕਾਂਤਵਾਸ ਹੋਣਾ ਬਹੁਤ ਮਹੱਤਵਪੂਰਨ ਹੈ। ਆਮ ਤੌਰ ਤੇ ਲੋਕਾਂ ਨੂੰ 14 ਦਿਨਾਂ ਲਈ ਇਕਾਂਤਵਾਸ ਵਿੱਚ ਰੱਖਿਆ ਜਾਂਦਾ ਹੈ। ਇਸ ਸਮੇਂ ਅਮਰੀਕਾ ਚ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ ਕਰੋਨਾ ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਅਲੱਗ ਹੋਣ ਵਾਲੇ ਦਿਨਾਂ ਦੀ ਗਿਣਤੀ ਨੂੰ 14 ਦਿਨਾਂ ਤੋਂ ਘਟਾ ਕੇ 7 ਤੋਂ 10 ਦਿਨ ਕਰ ਰਿਹਾ ਹੈ ਸੀਡੀਸੀ ਦੇ ਡਾਇਰੈਕਟਰ ਡਾਕਟਰ ਰੌਬਰਟ ਰੈਡਫੀਲਡ ਨੇ ਮੰਗਲਵਾਰ ਨੂੰ ਕਰੋਨਾ ਵਾਇਰਸ ਟਾਸਕ ਫੋਰਸ ਦੀ ਬੈਠਕ ਦੌਰਾਨ ਇਹ ਐਲਾਨ ਕੀਤਾ ਹੈ ਡਾਕਟਰ ਰੈਡਫੀਲਡ ਨੇ ਉਪ ਰਾਸ਼ਟਰਪਤੀ ਮਾਈਕ ਪੇਨਸ ਅਤੇ ਵਾਈਟ ਹਾਊਸ ਦੀ ਕਰੋਨਾ ਵਾਇਰਸ ਟਾਸਕ ਫੋਰਸ ਨੂੰ ਦੱਸਿਆ ਕਿ ਸੀਡੀਸੀ ਕਿਸੇ ਵਿਅਕਤੀ ਦੇ ਕੋਵਿਡ-19 ਨਾਲ ਪੀੜਿਤ ਵਿਅਕਤੀ ਦੇ ਨਾਲ ਸੰਪਰਕ ਵਿੱਚ ਆਉਣ ਤੇ ਇਕਾਂਤਵਾਸ ਹੋਣ ਵਾਲੇ ਦਿਨਾਂ ਦੀ ਗਿਣਤੀ ਘਟਾਉਣ ਬਾਰੇ ਜਲਦੀ ਹੀ ਨਵੇਂ ਨਿਰਦੇਸ਼ ਜਾਰੀ ਕਰੇਗਾ ਇਨ੍ਹਾਂ ਨਵੇਂ ਨਿਰਦੇਸ਼ਾਂ ਦੇ ਵਿੱਚ ਵਾਇਰਸ ਸਪੀੜਿਤ ਨਾਲ ਸੰਪਰਕ ਕਰਨ ਵਾਲੇ ਵਿਅਕਤੀ ਲਈ 7 ਤੋਂ 10 ਦਿਨਾਂ ਲਈ ਅਲੱਗ ਰਹਿਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜਿਹੜੀ ਕਿ 14 ਦਿਨਾਂ ਤੋਂ ਘੱਟ ਹੈ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਇਰਸ ਦੇ ਸੰਪਰਕ ਵਿੱਚ ਆਇਆ ਵਿਅਕਤੀ ਆਪਣੇ ਇਕਾਂਤ ਵਾਸਾ ਮੇਨੂੰ 7 ਦਿਨਾਂ ਬਾਅਦ ਇੱਕ ਨੈਗੇਟਿਵ ਕੋਵਿਡ-19 ਟੈਸਟ ਨਾਲ ਜਾਂ ਬਿਨਾਂ ਕਿਸੇ ਟੈਸਟ ਦੇ 10 ਦਿਨਾਂ ਤੋਂ ਬਾਅਦ ਖਤਮ ਕਰ ਸਕਦਾ ਹੈ ਸੀਡੀਸੀ ਅਧਿਕਾਰੀਆਂ ਅਨੁਸਾਰ ਉਪਰਾਸ਼ਟਪਤੀ ਪਿਛਲੇ ਕਈ ਮਹੀਨਿਆਂ ਤੋਂ ਸੀਡੀਸੀ ਵੱਲੋਂ ਇਸ ਸੰਬੰਧੀ ਦਿਸ਼ਾ ਨਿਰਦੇਸ਼ਾਂ ਦੀ ਮੁਰੰ ਜਾਂਚ ਕਰਨ ਲਈ ਜ਼ੋਰ ਪਾ ਰਹੇ ਸਨ ਜੱਟ ਕੇ ਸਿਹਤ ਅਧਿਕਾਰੀ ਵਾਇਰਸ ਦੇ ਮਾਮਲੇ ਵਿੱਚ ਸੰਭਾਵਿਤ ਟੀਕੇ ਦੇ ਬਾਵਜੂਦ ਵੀ ਮਾਸਕ ਸਮਾਜਿਕ ਦੂਰੀ ਅਤੇ ਹੋਰ ਸਾਵਧਾਨੀਆਂ ਦੀ ਮਹੱਤਤਾ ਤੇ ਜ਼ੋਰ ਦੇ ਰਹੇ ਹਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਦੇ ਕਾਰਜਕਾਲ ਦੇ ਸ਼ੁਰੂਆਤੀ ਸਾਲ ਵਿੱਚ ਸਰਹੱਦ ਤੇ ਆਪਣੇ ਮਾਤਾ ਪਿਤਾ ਤੋਂ ਵੱਖ ਹੋਏ 628 ਬੱਚੇ ਹਾਲੇ ਵੀ ਆਪਣੇ ਪਰਿਵਾਰ ਨਾਲ ਮਿਲੰਦੇ ਇੰਤਜ਼ਾਰਛਾਨ ਬੁੱਧਵਾਰ ਨੂੰ ਅਦਾਲਤ 'ਚ ਦਾਖਲ ਕੀਤੀ ਗਈ ਪਟੀਸ਼ਨ ਵਿੱਚ ਇਹ ਜਾਣਕਾਰੀ ਦਿੱਤੀ ਗਈ। ਅਦਾਲਤ ਵੱਲੋਂ ਗਠਿਤ ਕਮੇਟੀ ਬੱਚਿਆਂ ਦੇ ਮਾਪਿਆਂ ਦਾ ਪਤਾ ਨਹੀਂ ਲਗਾ ਸਕੀ ਹੈ। ਮੰਨਿਆ ਜਾਂਦਾ ਹੈ ਕਿ 333 ਬੱਚਿਆਂ ਦੇ ਮਾਪੇ ਅਮਰੀਕਾ 'ਚ ਹੀ ਹਨ ਜਦਕਿ 295 ਬੱਚਿਆਂ ਦੇ ਮਾਤਾ ਪਿਤਾ ਅਮਰੀਕਾ ਤੋਂ ਕਿਤੇ ਬਾਹਰ ਹਨ। ਕਮੇਟੀ ਨੂੰ 628 ਵਿੱਚੋਂ ਸਿਰਫ 168 ਬੱਚਿਆਂ ਦੇ ਪਰਿਵਾਰ ਦੇ ਮੈਂਬਰਾਂ ਦੀ ਜਾਣਕਾਰੀ ਮਿਲ ਪਈ ਹੈ ਪਰ ਹੁਣ ਤੱਕ ਉਨ੍ਹਾਂ ਦੇ ਮਾਪਿਆਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਹੈ। غیر قانونی ਢੰਗ ਨਾਲ ਸਰਹੱਦ पार ਕਰਕੇ ਦੇਸ਼ ਵਿੱਚ ਦਾਖਲ ਹੋਣ ਸੰਬੰਧੀ ਸਖਤ ਕਾਰਵਾਈ ਦੀ ਨੀਤੀ ਨੂੰ ਲਾਗੂ ਕੀਤੇ ਜਾਣ ਦੇ ਬਾਅਦ ਤੋਂ ਹਜ਼ਾਰਾਂ ਪਰਿਵਾਰਾਂ ਤੇ ਮੁਕੱਦਮਾ ਚਲਾਇਆ ਗਿਆ ਸੀ ਨਿਆਂ ਵਿਭਾਗ ਅਤੇ ਪਰਿਵਾਰ ਕल्याण ਵਿਭਾਗ ਦੇ اٹਾਰਨੀ ਵੱਲੋਂ ਦਾਖਲ ਰਿਪੋਰਟ ਵਿੱਚ ਕਿਹਾ ਗਿਆ ਕਿ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਨਾਲ ਮਿਲਾਉਣ ਦੀ ਕੋਸ਼ਿਸ਼ ਜਾਰੀ ਹੈ ਪ੍ਰਸ਼ਾਸਨ ਨੇ 25 ਨਵੰਬਰ ਨੂੰ ਕਮੇਟੀ ਨੂੰ ਨਿਆਂ ਵਿਭਾਗ ਵੱਲੋਂ ਇਹਨਾਂ ਬੱਚਿਆਂ ਦੇ ਮਾਪਿਆਂ ਦੀ ਤਲਾਸ਼ ਸੰਬੰਧੀ ਫੋਨ ਨੰਬਰ ਅਤੇ ਕੁਝ ਹੋਰ ਸੂਚਨਾਵਾਂ ਸਾਂਝੀਆਂ ਕੀਤੀਆਂ ਸਨ ਮਾਪਿਆਂ ਦੇ ਲਈ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਵੱਲੋਂ ਪੇਸ਼ ਅਟਾਰਨੀ ਲੀ ਗੈਲੇਰੈਂਟ ਨੇ ਦੱਸਿਆ ਕਿ ਉਹ ਪਿਛਲੇ ਸਾਲ ਤੋਂ ਹੀ ਸਰਕਾਰ ਤੇ ਬੱਚਿਆਂ ਦੇ ਸੰਬੰਧ ਵਿੱਚ ਕੁਝ ਹੋਰ ਸੂਚਨਾਵਾਂ ਸਾਂਝੀਆਂ ਕਰਨ ਲਈ ਦਬਾਅ ਬਣਾ ਰਹੇ ਹਨ ਉਹਨਾਂ ਕਿਹਾ ਇਹਨਾਂ ਬੱਚਿਆਂ ਦੇ ਮਾਪਿਆਂ ਦੇ ਨਾ ਮਿਲਣ ਨੂੰ ਲੈ ਕੇ ਦਬਾਬ ਅਨੰਦਿਬਾਦ थैੰਕਸ giving day ਦੇ ਪਹਿਲਾਂ ਸਾਨੂੰ ਕੁਝ ਸੂਚਨਾਵਾਂ ਮੁਹੱਈਆ ਕਰਾਈਆਂ ਗਈਆਂ ਕਮੇਟੀ ਨੇ ਕਿਹਾ ਕਿ ਇਹ 10 ਪਾਉਣਾ ਹੱਲੇ ਮੁਸ਼ਕਲ ਹੈ ਕਿ ਮੁਹੱਈਆ ਕਰਾਏਗੇ ਵਧੇਰੇ ਫੋਨ ਨੰਬਰਾਂ ਨਾਲ ਮਾਪਿਆਂ ਦੀ ਤਲਾਸ਼ ਕਰਨ ਵਿੱਚ ਕਿੰਨੀ ਸਹੂਲਤ ਹੋਵੇਗੀ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਦੇਸ਼ ਭਰ ਵਿੱਚ ਦਿੱਲੀ ਸਰਹੱਦ ਤੇ ਪੰਜਾਬ ਹਰਿਆਣਾ ਦੇ ਹਜ਼ਾਰਾਂ ਕਿਸਾਨ ਬੀਤੇ 6 ਦਿਨਾਂ ਤੋਂ ਸੜਕਾਂ ਤੇ ਹਨ ਖੋਨੇ ਸੰਦੋਲਨ ਨੂੰ ਵਿਦੇਸ਼ਾਂ ਤੋਂ ਵੀ ਸਮਰਥਨ ਮਿਲ ਰਿਹਾ ਹੈ ਦਿੱਲੀ ਦੀ ਸਰਹੱਦ ਤੇ ਜਾਰੀ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਦਾ ਵੀ ਸਮਰਥਨ ਮਿਲਣ ਲੱਗਾ ਹੈ ਰਿਪੋਰਟ ਦੇ ਮੁਤਾਬਕ ਕੈਨੇਡਾ ਚ ਵੱਡੀ ਗਿਣਤੀ ਚ ਰਹਿ ਰਹੇ ਪੰਜਾਬੀ ਮੂਲ ਦੇ ਲੋਕਾਂ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਸਮਰਥਨ ਚ ਦੋ ਕਾਰ ਰੈਲੀਆਂ ਦੀ ਯੋਜਨਾ ਬਣਾਈ ਹੈ ਜੋ ਬ੍ਰੈਂਪਟਨ ਅਤੇ ਸਰੀ ਚ ਆਯੋਜਿਤ ਕੀਤੀਆਂ ਜਾਣਗੀਆਂ ਬ੍ਰੈਂਪਟਨ 온ਟਾਰੀਓ ਸੂਬੇ ਵਿੱਚ ਹੈ ਅਤੇ ਦੋਹਾਂ ਸ਼ਹਿਰਾਂ ਵਿੱਚ ਪੰਜਾਬ ਦੇ ਕਈ ਲੋਕਾਂ ਦੇ ਘਰ ਹਨ ਇਤਿਹਾਸ ਦੀ ਇਹ ਕਿ ਬ੍ਰੈਮਟਨ ਅਤੇ ਸਰੀ ਦੋਹਾਂ 'ਚ ਪੰਜਾਬੀਆਂ ਨੇ ਪਹਿਲਾਂ ਵੀ ਨਵੇਂ ਖੇਤੀ ਕਾਨੂੰਨਾਂ ਖਿਲਾਫ ਛੋਟੇ-ਛੋਟੇ ਪ੍ਰਦਰਸ਼ਨ ਕੀਤੇ ਸਨ ਸਰੀ ਸ਼ਹਿਰ 'ਚ ਕਾਰ ਰੈਲੀ ਕਿਸਾਨਾਂ ਦੀ ਮੰਗ ਦੇ ਸਮਰਥਨ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ ਉਸ ਨੂੰ ਪੰਜਾਬ ਕਿਸਾਨ ਮੋਰਚਾ ਰੈਲੀ ਨਾਮ ਦਿੱਤਾ ਗਿਆ ਹੈ ਐਰਲੀ ਸਰੀਚ ਭਾਰਤੀ ਵਣਜ ਦੂਤਾਵਾਸ ਦੇ ਬਾਹਰ ਖਤਮ ਹੋਵੇਗੀ ਇਸ ਪ੍ਰੋਗਰਾਮ ਦੇ ਆਯੋਜਕਾਂ ਨੇ ਕਿਹਾ ਕਿ 5 ਦਸੰਬਰ ਨੂੰ ਬ੍ਰੈਮਟਨ ਚ ਰੈਲੀ ਕੱਟੀ ਜਾਵੇਗੀ ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਗੱਲ ਸੁਣੇ ਅਤੇ ਉਹਨਾਂ ਦੀਆਂ ਚਿੰਤਾਵਾਂ ਦਾ ਹੱਲ ਕੱਢੇ ਕੈਨੇਡਾ ਚ ਰਹਿੰਦੇ ਕਈ ਪੰਜਾਬੀਆਂ ਦੀ ਜ਼ਮੀਨ ਉਹਨਾਂ ਨੂੰ ਵਾਪਸ ਮਿਲ ਗਈ ਹੈ ਅਤੇ ਉਹ ਵੀ ਇਨ੍ਹਾਂ ਕਾਨੂੰਨਾਂ ਨਾਲ ਪ੍ਰਭਾਵਿਤ ਹਨ ਉੱਥੇ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਚ ਵੀ ਭਾਰਤੀ ਮੂਲ ਦੇ ਲੋਕਾਂ ਵੱਲੋਂ ਕਿਸਾਨਾਂ ਦੀ ਮੰਗ ਦੇ ਸਮਰਥਨ ਵਿੱਚ ਇੱਕ ਛੋਟਾ ਜਿਹਾ ਵਿਰੋਧ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ ਬੀਤੇ ਦਿਨੀ ਆਸਟ੍ਰੇਲੀਆਈ ਸੰਸਦ ਵਿੱਚ ਵੀ ਕਿਸਾਨ ਅੰਦੋਲਨ ਦਾ ਮੁੱਦਾ ਚੁਕਿਆ ਗਿਆ ਸੀ। ਆਸਟ੍ਰੇਲੀਆਈ ਸੈਨਿਕ ਦੀ ਵਿਵਾਦਿਤ ਤਸਵੀਰ ਪੋਸਟ ਕੀਤੇ ਜਾਣ ਸਬੰਧੀ ਆਸਟ੍ਰੇਲੀਆ ਦੀ ਸਰਕਾਰ ਨੇ ਚੀਨ ਨੂੰ ਮਾਫੀ ਮੰਗਣ ਦੀ ਮੰਗ ਕੀਤੀ ਸੀ। ਚੀਨ ਦੀ ਸਰਕਾਰ ਨੇ ਇਸ ਮੰਗ ਨੂੰ ਅਸਵੀਕਾਰ ਕਰਦਿਆਂ ਕਿਹਾ ਹੈ ਕਿ ਕੈਨਬਰਾ ਨੂੰ ਮਾਫੀ ਮੰਗਣ ਦੀ ਮੰਗ ਕਰਨ ਦੀ ਬਜਾਏ ਸ਼ਰਮਿੰਦਾ ਹੋਣਾ ਚਾਹੀਦਾ ਹੈ। ਅਸਲ ਵਿੱਚ ਚੀਨ ਵੱਲੋਂ ਆਸਟ੍ਰੇਲੀਆ ਦੇ ਸੈਨਿਕ ਦੀ ਇੱਕ ਵਿਵਾਦਿਤ ਤਸਵੀਰ ਟਵੀਟ ਕੀਤੀ ਗਈ ਸੀ ਜਿਸ ਵਿੱਚ ਦਿਸ ਰਿਹਾ ਹੈ ਕਿ ਸੈਨਿਕ ਨੇ ਅਫਗਾਨੀ ਬੱਚੇ ਦੀ ਗਰਦਨ ਤੇ ਚਾਕੂ ਰੱਖਿਆ ਹੋਇਆ ਹੈ। ਇਸ ਟਵੀਟ ਦੀ ਨਿੰਦਾ ਕਰਦੇ ਆ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਚੀਨ ਦੀ ਸਰਕਾਰ ਤੋਂ ਮਾਫੀ ਮੰਗਣ ਦੀ ਮੰਗ ਕੀਤੀ ਸੀ ਇਸ ਤੋਂ ਬਾਅਦ ਚੀਨ ਨੇ ਵਿਦੇਸ਼ ਮੰਤਰਾਲੇ ਨੇ ਮਾਫੀ ਮੰਗਣ ਤੋਂ ਮਨ੍ਹਾ ਕਰ ਦਿੱਤਾ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਫਿੰਗ ਨੇ ਕਿਹਾ ਕਿ ਇਸ ਟਵੀਟ ਨੂੰ ਲੈ ਕੇ ਮਾਫੀ ਮੰਗਣ ਦੀ ਮੰਗ ਦੇ ਬਜਾਏ ਆਸਟ੍ਰੇਲੀਆ ਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆਈ ਪੱਖ ਉਹਨਾਂ ਦੇ ਸਾਥੀ ਦੇ ਟਵੀਟ ਨੂੰ ਲੈ ਕੇ ਮਜ਼ਬੂਤੀ ਨਾਲ ਪ੍ਰਤੀਕਿਰਿਆਵਾਂ ਦੇ ਰਿਹਾ ਹੈ ਕੀ ਉਹਨਾਂ ਨੂੰ ਲੱਗਦਾ ਹੈ ਕਿ ਅਫਗਾਨੀ ਸੈਨਿਕਾਂ ਦਾ ਕਤਲ ਕਰਨ ਦੀ ਨਿੰਦਾ ਨਹੀਂ ਹੋਵੇਗੀ ਇਹ ਉਹਨਾਂ ਦੀ ਬੇਰਹਿਮੀ ਨਹੀਂ ਹੈ ਅਫਗਾਨੀ ਲੋਕਾਂ ਦੀ ਜ਼ਿੰਦਗੀ ਅਹਿਮ ਹੈ ਕਿ ਆਸਟ੍ਰੇਲੀਆ ਨੂੰ ਆਪਣੇ ਸੈਨਿਕਾਂ ਦੀ ਔਨ ਡਿਊਟੀ ਇਸ ਤਰ੍ਹਾਂ ਦੀ ਬੇਰਹਿਮੀ ਦੇ ਲਈ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ ਇਸ ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੈਸਿੰਡਾ ਨੇ ਬੀਜਿੰਗ ਵੱਲੋਂ ਕੀਤੀ ਗਈ ਇੱਕ ਪੋਸਟ ਤੇ ਚਿੰਤਾ ਜ਼ਾਹਰ ਕੀਤੀ ਹੈ ਜਿਸ ਕਾਰਨ ਇਹ ਹੈ ਕਿ ਆਸਟ੍ਰੇਲੀਆ ਨੇ ਕਰੋਨਾ ਦੀ ਉਤਪਤੀ ਨੂੰ ਲੈ ਕੇ ਬਿਨਾਂ ਚੀਨ ਨਾਲ ਗੱਲ ਕੀਤੇ ਅੰਤਰਰਾਸ਼ਟਰੀ ਪੱਧਰ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ ਇਸ ਦੇ ਬਾਅਦ ਤੋਂ ਲਗਾਤਾਰ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵੱਧਦਾ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਪੂਰਾ ਵਿਸ਼ਵ ਕੋਰੋਨਾ ਇਨਫੈਕਸ਼ਨ ਨਾਲ ਸੰਘਰਸ਼ ਕਰ ਰਿਹਾ ਹੈ ਉੱਥੇ ਜਾਪਾਨੀ ਸੰਸਦ ਨੇ ਬੁੱਧਵਾਰ ਨੂੰ ਇੱਕ ਬਿੱਲ ਪਾਸ ਕਰਕੇ ਦੇਸ਼ ਦੇ ਨਿਵਾਸੀਆਂ ਲਈ ਕੋਰੋਨਾ ਵੈਕਸੀਨ ਮੁਫਤ ਕਰ ਦਿੱਤੀ ਹੈ। ਸੰਸਦ ਨੇ ਕਿਹਾ ਹੈ ਕਿ ਇਸ ਟੀਕਾਕਰਨ ਦੇ ਪ੍ਰੋਗਰਾਮ ਨਾਲ ਜੁੜੇ ਖਰਚ ਨੂੰ ਸਰਕਾਰ ਚੁਕੇਗੀ। ਸਰਕਾਰ ਕੋਰੋਨਾ ਨਾਲ ਸੰਬੰਧਿਤ ਸਾਰੇ ਖਰਚਿਆਂ ਨੂੰ ਵੀ ਕਵਰ ਕਰੇਗੀ ਅਤੇ ਦਵਾਈ ਕੰਪਨੀਆਂ ਤੇ ਕੀਤੇ ਗਏ ਸੰਭਾਵਿਤ ਮੁਕਦਮਿਆਂ ਦੀ ਭਰਪਾਈ ਵੀ ਕਰੇਗੀ। ਇਹ ਕਾਨੂੰਨ ਜਾਪਾਨੀ ਸੰਸਦ ਦੇ ਉਪਰੀ ਸਦਨ ਦੁਆਰਾ ਸਰਬਸੰਮਤੀ ਨਾਲ ਪਾਸ ਹੋ ਗਿਆ ਹੈ। ਸਿਹਤ, ਲੇਬਰ ਅਤੇ ਕਲਿਆਣ ਮੰਤਰਾਲਾ ਮੁਤਾਬਕ ਸਥਾਨਕ ਸਰਕਾਰਾਂ ਨੂੰ ਟੀਕਾਕਰਨ ਲਈ ਜ਼ਿੰਮੇਵਾਰੀ ਦਿੱਤੀ ਜਾਵੇਗੀ। ਕਰੋਨਾ ਵਾਇਰਸ ਦੇ ਇਨਫੈਕਸ਼ਨ ਦੀ ਨਵੀਂ ਲਹਿਰ ਨੇ ਕਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰਾਂ 'ਚ ਬਾਰ ਅਤੇ ਰੈਸਟੋਰੈਂਟ ਨੂੰ ਜਲਦ ਬੰਦ ਕਰਨ ਅਤੇ ਪ੍ਰਧਾਨ ਮੰਤਰੀ ਯੋਸ਼ੀਹੀਦੇ ਸੁਗਾ ਨੂੰ ਇੱਕ ਯਾਤਰਾ ਪ੍ਰੋਗਰਾਮ ਨੂੰ ਮੁਅਤਲ ਕਰਨ ਲਈ ਮਜਬੂਰ ਕੀਤਾ ਹੈ। ਹਾਲਾਂਕਿ ਜਾਪਾਨ ਚ ਮਰਨ ਵਾਲਿਆਂ ਦੀ ਗਿਣਤੀ 7 ਉન્નਤ ਦੇਸ਼ਾਂ ਚ ਸਭ ਤੋਂ ਘੱਟ ਹੈ ਅਤੇ ਇਸ ਦੇ ਬਾਵਜੂਦ ਦੇਸ਼ ਨੇ ਅਪ੍ਰੈਲ ਜੂਨ ਤਿਮਾਹੀ ਦੇ ਵਿੱਚ ਰਿਕਾਰਡ ਆਰਥਿਕ ਮੰਦੀ ਦਾ ਸਾਹਮਣਾ ਕੀਤਾ। ਪ੍ਰਧਾਨ ਮੰਤਰੀ ਸੁਗਾ ਨੇ ਅਗਲੇ ਸਾਲ ਦੀ ਪਹਿਲੀ ਛਮਾਈ ਤੱਕ ਦੇਸ਼ ਦੇ ਨਿਵਾਸੀਆਂ ਲਈ ਵੈਕਸੀਨ ਦੀ ਸਪਲਾਈ ਖੁਰਾਕ ਨੂੰ ਯਕੀਨੀ ਕਰਨ ਦੀ ਕਸਮ ਖਾਦੀ ਹੈ। ਫਿਲਹਾਲ ਵਿਦੇਸ਼ੀ ਨਾਗਰਿਕਾਂ ਦੇ ਸੰਬੰਧ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਥਿਤੀ ਸਪਸ਼ਟ ਨਹੀਂ ਕੀਤੀ ਗਈ ਹੈ। ਭਾਰਤ ਨਾਲ ਜਾਰੀ ਤਣਾਅ ਵਿਚਾਲੇ ਪਾਕਿਸਤਾਨ ਆਪਣੀ ਪਰਮਾਣੂ ਹਥਿਆਰਾਂ ਦੀ ਤਾਕਤ ਨੂੰ ਵਧਾ ਰਿਹਾ ਹੈ ਸੈਟੇਲਾਈਟ ਤਸਵੀਰਾਂ ਤੋਂ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਨੇ ਆਪਣੇ ਚਸ਼ਮਾ ਪਰਮਾਣੂ ਪਲਾਂਟ 'ਚ ਪਰਮਾਣੂ ਬੰਬ ਬਣਾਉਣ ਲਈ ਪਲੂਟੋਨੀਅਮ ਬਣਾਉਣ ਵਾਲੇ ਵੱਖਰੇ ਕੇਂਦਰ ਦਾ ਕਾਫੀ ਵਿਸਥਾਰ ਕੀਤਾ ਹੈ ਪਾਕਿਸਤਾਨ ਸਰਕਾਰ ਨੇ ਆਪਣੇ ਪਰਮਾਣੂ ਪਲਾਂਟ ਦੇ ਵਿਕਾਸ ਪ੍ਰੋਗਰਾਮ ਨੂੰ ਬੇਹਤ ਗੁਪਤ ਤਰੀਕੇ ਦੇ ਨਾਲ 2018 ਦੇ ਮੱਧ ਵਿੱਚ ਸ਼ੁਰੂ ਕੀਤਾ ਸੀ ਹੁਣ ਹਾਲ ਹੀ ਵਿੱਚ ਮੈਕਸਾ ਟੈਕਨੋਲੋਜੀ ਦੀ ਸੈਟੇਲਾਈਟ ਤਸਵੀਰਾਂ ਤੋਂ ਇਹ ਖੁਲਾਸਾ ਹੋਇਆ ਹੈ ਕਿ ਸਤੰਬਰ 2020 ਤੱਕ ਇਸ ਪ੍ਰੋਗਰਾਮ ਨੂੰ ਪੂਰਾ ਕਰ ਲਿਆ ਹੈ ਦੁਨੀਆ ਭਰ ਦੇ ਪਰਮਾਣੂ ਪ੍ਰੋਗਰਾਮ ਤੇ ਨਜ਼ਰ ਰੱਖਣ ਵਾਲੀ ਸੰਸਥਾ ਇੰਸਟੀਚਿਊਟ ਫਾਰ ਸਾਇੰਸ ਐਂਡ ਇੰਟਰਨੈਸ਼ਨਲ ਸਿਕਿਉਰਿਟੀ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਪਾਕਿਸਤਾਨ ਦੇ ਚਸ਼ਮਾ ਪਰਮਾਣੂ ਪਲਾਂਟ ਵਿੱਚ ਪਲੂਟੋਨੀਅਮ ਦੇ ਰੀਪ੍ਰੋਸੈਸਿੰਗ ਪਲਾਂਟ ਨੂੰ ਸਾਲ 2007 'ਚ ਪਛਾਣ ਲਿਆ ਗਿਆ ਸੀ ਹਾਲਾਂਕਿ 2015 ਵਿੱਚ ਪਾਕਿਸਤਾਨ ਇਸ ਪਰਮਾਣੂ ਪਲਾਂਟ ਨੂੰ ਚਾਲੂ ਕਰ ਪਾਇਆ ਸੀ ਚਸ਼ਮਾ ਐਕਸਟੈਂਸ਼ਨ ਪਲਾਂਟ ਵਿੱਚ ਪਰਮਾਣੂ ਬੰਬ ਨੂੰ ਬਣਾਉਣ ਲਈ ਜ਼ਿਆਦਾ ਮਾਤਰਾ 'ਚ ਪਲੂਟੋਨੀਅਮ ਨੂੰ ਇਕੱਠਾ ਕੀਤਾ ਜਾ ਰਿਹਾ ਹੈ ਅੱਜ ਦੁਨੀਆ ਕੋਲ ਇਸ ਨਾਲ ਕਈ ਗੁਣਾ ਜ਼ਿਆਦਾ ਸਮਰੱਥਾ ਵਾਲੇ ਪਰਮਾਣੂ ਬੰਬ ਹਨ ਅਜੇ ਹਿਚ ਪਰਮਾਣੂ ਜੰਗ ਦੀ ਕਲਪਨਾ ਹੀ ਕੰਬਾ ਦਿੰਦੀ ਹੈ ਭਾਰਤ ਅਤੇ ਪਾਕਿਸਤਾਨ ਦੋਵਾਂ ਕੋਲ ਪਰਮਾਣੂ ਹਥਿਆਰਾਂ ਨੂੰ ਲੈ ਜਾਣ ਵਾਲੀਆਂ ਮਿਸਾਲਾਂ ਹਨ خاص گل ਇਹ ਹੈ ਕਿ ਦੋਵੇਂ ਦੇਸ਼ ਇੱਕ ਦੂਜੇ ਦੇ ਆਖਰੀ ਕੋਨੇ ਤੱਕ ਹਮਲੇ ਦੀ ਸਮਰੱਥਾ ਕਰਨ ਵਾਲੀਆਂ ਮਿਜ਼ਾਈਲਾਂ ਵਿਕਸਿਤ ਕਰ ਚੁੱਕੇ ਹਨ ਭਾਰਤ ਕੋਲ ਤਾਂ 5000 ਕਿਲੋਮੀਟਰ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਹੈ ਜੋ ਪਾਕਿਸਤਾਨ ਦੇ 12ਵੇਂ ਹਮਲਾ ਕਰਨ ਦੀ ਸਮਰੱਥਾ ਰੱਖਦੀ ਹੈ ਪਾਕਿਸਤਾਨ ਕੋਲ ਵੀ ਪਰਮਾਣੂ ਹਥਿਆਰ ਲਿਜਾਣ ਵਾਲੀ ਮਿਜ਼ਾਈਲ ਹੈ ਜੋ 2750 ਕਿਲੋਮੀਟਰ ਤੱਕ ਹਮਲਾ ਕਰਨ ਦੀ ਸਮਰੱਥਾ ਰੱਖਦੀ ਹੈ ਬ੍ਰਿਟਨ ਦੇ ਡਰੱਗ ਰੈਗੂਲੇਟਰ ਨੇ ਬੁੱਧਵਾਰ ਨੂੰ ਕਿਹਾ ਕਿ ਫਾਈਜ਼ਰ ਬਾਇਓਟੈਕ ਵੱਲੋਂ ਵਿਕਸਿਤ ਕਰੋਨਾ ਵਾਇਰਸ ਵੈਕਸੀਨ 65 ਸਾਲਾਂ ਤੋਂ ਜ਼ਿਆਦਾ ਉਮਰ ਦੇ ਮਰੀਜ਼ਾਂ 'ਚ ਵਰਤੋਂ ਲਈ ਵੀ ਪੂਰੀ ਤਰ੍ਹਾਂ ਸੁਰੱਖਿਤ ਹੈ ਡਰੱਗ ਐਂਡ ਹੈਲਥ ਕੇਅਰ ਪ੍ਰੋਡਕਟ ਰੈਗੂਲੇਟਰ ਏਜੰਸੀ ਦੇ ਮੁਖ ਕਾਰਜਕਾਰੀ ਅਧਿਕਾਰੀ ਜੂਨ ਰਾਇਨ ਨੇ ਇੱਕ ਸਮਾਚਾਰ ਬਰੀਫਿੰਗ ਦੇ ਵਿੱਚ ਕਿਹਾ ਕਿ ਵੈਕਸੀਨ ਨੂੰ ਇਸ ਦੇ ਪ੍ਰਭਾਵ ਅਤੇ ਸੁਰੱਖਿਆ ਦੀ ਸਖਤ ਸਮੀਖਿਆ ਤੋਂ ਬਾਅਦ ਵੀ ਮਨਜ਼ੂਰੀ ਦਿੱਤੀ ਗਈ ਸੀ ਇਸ ਦਾ ਪਰਖਣ 65 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਤੇ ਵੀ ਕੀਤਾ ਗਿਆ ਹੈ ਅਤੇ ਇਹ ਉਨ੍ਹਾਂ ਲਈ ਸੁਰੱਖਿਅਤ ਹੈ ਟਿਕਾ ਕਰਨ ਤੇ ਸੰਯੁਕਤ ਕਮੇਟੀ ਦੇ ਵੀ ਸ਼ੈਨ ਮਿਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਬਿਰਧ ਆਸ਼ਰਮ ਚ ਰਹਿ ਰਹੇ ਬਜ਼ੁਰਗਾਂ ਦਾ ਟਿਕਾ ਕਰਨ ਤਰਜੀਹ ਹੈ ਉਹਨਾਂ ਨੇ ਕਿਹਾ ਕਿ ਕੋਵਿਡ-19 ਨਾਲ ਮੌਤ ਦਾ ਖਤਰਾ ਸਭ ਤੋਂ ਜ਼ਿਆਦਾ ਬਜ਼ੁਰਗਾਂ ਨੂੰ ਹੈ لہਜ਼ਾ ਉਹਨਾਂ ਦਾ ਟਿਕਾ ਕਰਨ ਸਭ ਤੋਂ ਪਹਿਲਾਂ ਕੀਤਾ ਜਾਵੇਗਾ ਬ੍ਰਿਟਨ ਇਸ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਟਿਕਾ ਕਰਨ ਅਗਲੇ ਹਫ਼ਤੇ ਸ਼ੁਰੂ ਹੋਣ ਦੀ ਉਮੀਦ ਹੈ ਨਿਊਜ਼ੀਲੈਂਡ ਨੇ ਦੁਨੀਆ ਦੇ 30 ਤੋਂ ਵੱਧ ਦੇਸ਼ਾਂ ਦਾ ਸਮਰਥਨ ਕਰਦੇ ਆ ਬੁੱਧਵਾਰ ਨੂੰ ਜਲਵਾਯੂ ਐਮਰਜੈਂਸੀ ਦੀ ਘੋਸ਼ਣਾ ਦਾ ਸਿੰਬੋਲਿਕ ਮਤਲਬ ਪ੍ਰਤੀਕਾਤਮਕ ਕਦਮ ਚੁੱਕਿਆ ਜਲਵਾਯੂ ਐਮਰਜੈਂਸੀ ਦੀ ਘੋਸ਼ਣਾ ਦੇ ਇਸ ਪ੍ਰਸਤਾਵ ਦੇ ਪੱਖ ਵਿੱਚ 76 ਜਦਕਿ ਵਿਰੋਧ ਵਿੱਚ 43 ਸੰਸਦਾਂ ਨੇ VOTING ਕੀਤੀ ਇਸ ਦੇ ਨਾਲ ਹੀ ਸਰਕਾਰ ਨੇ ਇੱਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਜਿਸ ਤਹਿਤ ਜਨਤਕ ਖੇਤਰ ਦੀਆਂ ਨਵੀਆਂ ਏਜੰਸੀਆਂ ਨੂੰ 2025 ਤੱਕ ਕਾਰਬਨ ਦੀ ਨਿਕਾਸੀ ਵਿੱਚ ਕਟੌਤੀ ਕਰਨੀ ਹੋਵੇਗੀ ਇਸ ਲਈ ਉਹ ਕੋਲਾ ਆਧਾਰਿਤ ਬਾਈਲਰ ਦੀ ਵਰਤੋਂ ਕਰਨੀ ਬੰਦ ਕਰ ਸਕਦੇ ਹਨ ਤੇ ਇਲੈਕਟ੍ਰਿਕ ਕਾਰ ਦੀ ਵਰਤੋਂ ਸ਼ੁਰੂ ਕਰ ਸਕਦੇ ਹਨ ਪ੍ਰਧਾਨ ਮੰਤਰੀ ਦਿਸੈਂਡਾ ਆਰਡਨਰ ਨੇ ਕਿਹਾ ਕਿ ਸਰਕਾਰ ਆਮ ਤੌਰ ਤੇ ਕੁਦਰਤੀ ਆਫਤਾਂ ਜਈਆਂ ਚੀਜ਼ਾਂ ਲਈ ਐਮਰਜੈਂਸੀ ਦੀ ਕੋਸ਼ਿਸ਼ ਨ ਕਰਦੀ ਹੈ ਪਰ ਜੇਕਰ ਅਸੀਂ ਜਲਵਾਯੂ ਤਬਦੀਲੀ ਤੇ ਧਿਆਨ ਨਹੀਂ ਦੇਵਾਂਗੇ ਤਾਂ ਇਸ ਤਰ੍ਹਾਂ ਦੀਆਂ ਆਫਤਾਂ ਆਉਂਦੀਆਂ ਰਹਿਣਗੀਆਂ ਉਹਨਾਂ ਕਿਹਾ ਕਿ ਇਹ ਕੋਸ਼ਿਸ਼ਾ ਕਰਕੇ ਅਸੀਂ ਉਸ ਬੋਝ ਬਾਰੇ ਨੋਟਿਸ ਲੈ ਰਹੇ ਹਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਤੇ ਪੈਣ ਵਾਲਾ ਹੈ ਆਰਡਨ ਨੇ ਕਿਹਾ ਕਿ ਉਹਨਾਂ ਦੇ ਲਈ ਇਹ ਵਾਸਤਵਿਕ ਹੋਵੇਗਾ ਇਹ ਉਸ ਦੇਸ਼ ਦੇ ਲਈ ਹੈ ਜਿਸ ਵਿੱਚ ਆਉਣ ਵਾਲੀਆਂ ਪੀੜ੍hiyan ਜਨਮ ਲੈਣ ਵਾਲੀਆਂ ਹਨ ਇਹ ਉਸ ਕਰਜ਼ੇ ਬਾਰੇ ਹੈ ਜੋ ਉਹਨਾਂ ਤੇ ਪਵੇਗਾ ਜੇਕਰ ਅਸੀਂ ਇਸ ਮੁੱਦੇ ਤੇ ਹਾਲੇ ਫੈਸਲਾ ਨਹੀਂ ਲਵਾਂਗੇ ਇਹ ਘੋਸ਼ਣਾ ਕਿਸੇ ਨਵੇਂ ਕਾਨੂੰਨ ਦੇ ਤਹਿਤ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਇਸ ਦੇ ਲਈ ਕੋਈ ਫੰਡ ਜਾਰੀ ਕੀਤਾ ਗਿਆ ਹੈ ਇਹ ਸਿਰਫ ਸਿੰਬੋਲਿਕ ਐਮਰਜੈਂਸੀ ਹੈ ਪਰ ਪ੍ਰਧਾਨ ਮੰਤਰੀ ਅਤੇ ਵਿਧਾਨ ਸਭਾ ਦੇ ਹੋਰ ਮੈਂਬਰਾਂ ਨੇ ਇਸ ਘੋਸ਼ਣਾ ਦਾ ਸਮਰਥਨ ਕੀਤਾ ਹੈ ਘੋਸ਼ਣਾ ਚ ਕਿਹਾ ਗਿਆ ਹੈ ਕਿ ਜਲਵਾਯੂ ਤਬਦੀਲੀ ਮਨੁੱਖਤਾ ਦੇ ਸਾਹਮਣੇ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ ਅਤੇ ਇਸ ਵਿੱਚ ਗਲੋਬਲ ਤਾਪਮਾਨ ਵਿੱਚ ਕਮੀ ਲਿਆਉਣ ਦੀ ਵਚਨਬੱਧਤਾ ਜ਼ਾਹਰ ਕੀਤੀ ਗਈ ਹੈ। ਅਜੋਕੇ ਟੈਕਨੋਲੋਜੀ ਦੇ ਸਮੇਂ ਵਿੱਚ ਆਨਲਾਈਨ ਸ਼ਾਪਿੰਗ ਇਸ ਦੇ ਫਾਇਦੇ ਕਰਕੇ ਸਾਰੇ ਹੀ ਸੰਸਾਰ ਵਿੱਚ ਪ੍ਰਚਲਿਤ ਹੋ ਰਹੀ ਹੈ। ਅਮਰੀਕਾ ਵਿੱਚ ਵੀ ਇਹ ਖਰੀਦਾਰੀ ਲੋਕਾਂ ਦੀ ਪਸੰਦ ਬਣ ਗਈ ਹੈ। ਆਨਲਾਈਨ ਸ਼ਾਪਿੰਗ ਦੇ ਮਾਮਲੇ 'ਚ ਇਸ ਹਫਤੇ ਦਾ ਸੋਮਵਾਰ ਸੰਯੁਕਤ ਰਾਜ ਦੇ ਇਤਿਹਾਸ ਵਿੱਚ ਆਨਲਾਈਨ ਵਿਕਰੀ ਲਈ ਸਭ ਤੋਂ ਵੱਡਾ ਦਿਨ ਬਣ ਗਿਆ ਹੈ ਇਸ ਸਬੰਧੀ ਅਡਬ ਐਨਾਲਿਟਿਕਸ ਦੇ ਅਨੁਸਾਰ ਖਰੀਦਦਾਰਾਂ ਨੇ ਸੋਮਵਾਰ ਨੂੰ ਲਗਭਗ 10.8 ਬਿਲੀਅਨ ਡਾਲਰ ਖਰਚ ਕੀਤੇ ਹਨ ਜੋ ਕਿ ਈ-ਕਾਮਰਸ ਖੇਤਰ ਵਿੱਚ ਇੱਕ ਰਿਕਾਰਡ ਪੱਧਰ ਹੈ ਜਿਸ ਨੇ ਪਿਛਲੇ ਸਾਲ ਦੇ 9.4 ਬਿਲੀਅਨ ਡਾਲਰ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ ਸੋਮਵਾਰ ਦੇ ਦਿਨ ਲੋਕਾਂ ਨੇ 2.7 ਬਿਲੀਅਨ ਡਾਲਰ ਰਾਤ ਦੇ 7 ਵਜੇ ਤੋਂ 11 ਵਜੇ ਦੇ ਵਿਚਕਾਰ ਖਰਚ ਕੀਤੇ ਜਦਕਿ ਖਪਤਕਾਰਾਂ ਨੇ ਖਿਡੌਣੇ ਆ ਇਲੈਕਟ੍ਰੋਨਿਕਸ ਕੱਪੜੇ ਅਤੇ ਹੋਰ ਵਸਤਾਂ ਤੇ ਪ੍ਰਤੀ ਮਿੰਟ 12 ਲੱਖ ਡਾਲਰ ਖਰਚ ਕੀਤੇ ਸੋਮਵਾਰ ਦਾ ਕੁੱਲ ਖਰਚ ਇਸ ਵਿਕਰੀ ਦੇ ਵਿੱਚ 15% ਦੀ ਪ੍ਰਤੀ ਸਾਲ ਦਾ ਵਾਧਾ ਦਰਸਾਉਂਦਾ ਹੈ ਇਸ ਦੇ ਨਾਲ ਹੀ ਬਲੈਕ ਫਰਾਈਡੇ ਦੀ ਆਨਲਾਈਨ ਵਿਕਰੀ ਵੀ ਜ਼ਬਰਦਸਤ ਰਹੀ ਸੀ ਇਸ ਦੌਰਾਨ ਉਪਭੋਗਤਾਵਾਂ ਨੇ ਇਸ ਦਿਨ 9 ਬਿਲੀਅਨ ਡਾਲਰ ਆਨਲਾਈਨ ਖਰਚ ਕੀਤੇ ਜੋ ਕਿ ਪਿਛਲੇ ਸਾਲ ਦੀ ਖਰੀਦਾਰੀ ਦੇ ਨਾਲੋਂ ਲਗਭਗ 22% ਵਧ ਹੈ ਪਾਕਿਸਤਾਨ ਦੇ ਪੰਜਾਬ ਸੂਬੇ ਚ ਕੋਵਿਡ-19 ਅਤੇ ਜਨਤਕ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕਰ ਸਰਕਾਰ ਵਿਰੋਧੀ ਪ੍ਰਦਰਸ਼ਨ ਆਯੋਜਿਤ ਕਰਨ ਦੇ ਲਈ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਦੇ ਤਿੰਨ ਪੁੱਤਰਾਂ ਸਮੇਤ ਪਾਕਿਸਤਾਨ ਡੈਮੋਕਰੈਟਿਕ ਮੂਵਮੈਂਟ ਦੇ 3000 ਤੋਂ ਜ਼ਿਆਦਾ ਵਰਕਰਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। 11 ਵਿਰੋਧੀ ਪਾਰਟੀਆਂ ਦੇ ਗੱਠਜੋੜ ਪੀਡੀਐਮ ਨੇ ਸੋਮਵਾਰ ਸ਼ਾਮ ਮੁਲਤਾਨ ਦੇ ਘੰਟਾ ਕਰਤੇ ਰੈਲੀ ਦਾ ਆਯੋਜਨ ਕੀਤਾ ਸੀ। ਮੁੱਖ ਵਿਰੋਧੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਪਾਕਿਸਤਾਨ ਮੁਸਲਿਮ ਲੀਗ نواز ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੀਤ ਪਾਕਿਸਤਾਨ ਤਹਿਰੀਕ-ਇਨਸਾਫ ਪਾਰਟੀ ਦੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਲਈ ਅਗਲੇ ਮਹੀਨੇ ਇਸਲਾਮਾਬਾਦ ਵਿੱਚ ਮਾਰਚ ਦਾ ਆਯੋਜਨ ਕਰਨ ਦੀ ਗੱਲ ਕਹੀ ਹੈ। ਇਸ ਤੋਂ ਪਹਿਲਾਂ ਪੁਲਿਸ ਵੱਲੋਂ ਮੰਗਲਵਾਰ ਰਾਤ 3000 ਤੋਂ ਜ਼ਿਆਦਾ ਵਿਰੋਧੀ ਕਾਰਜਕਰਤਾਵਾਂ ਵਿਰੁੱਧ ਵੱਖ-ਵੱਖ ਦੋਸ਼ਾਂ 'ਚ ਮਾਮਲੇ ਦਰਜ ਕੀਤੇ ਗਏ। ਇਨ੍ਹਾਂ 'ਚ ਸਾਬਕਾ ਪ੍ਰਧਾਨ ਮੰਤਰੀ ਗਿਲਾਨੀ ਦੇ ਤਿੰਨ ਪੁੱਤਰ ਵੀ ਸ਼ਾਮਲ ਹਨ। ਪੰਜਾਬ ਦੇ ਮੁੱਖ ਮੰਤਰੀ ਦੀ ਵਿਸ਼ੇਸ਼ ਸਹਾਇਕ ਫਰਦੌਸ ਆਸ਼ਿਕ ਅਵਾਨ ਨੇ ਕਿਹਾ ਕਿ ਮਲਤਾਨ ਵਿੱਚ ਪੀਡੀਐਮ ਰੈਲੀ ਦੇ ਆਯੋਜਕਾਂ ਵਿਰੁੱਧ ਵੱਖ-ਵੱਖ ਤਰੀਕਾ ਨਾਲ ਕਾਨੂੰਨ ਦਾ ਉਲੰਘਣ ਕਰਨ ਲਈ ਮਾਮਲਾ ਦਰਜ ਕੀਤਾ ਗਿਆ ਹੈ। ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨ ਦੇ ਵਕੀਲ ਨੇ اسلامਾਬਾਦ ਹਾਈ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਉਪਰ ਰਾਜਦੂਤ ਗੌਰਵ ਆਲੂਵਾਲੀਆ ਮੌਤ ਦੀ ਸਜ਼ਾ ਪਾਇਆ ਕੈਦੀ ਕੁਲਪੂਸ਼ਨ ਜਾਦਵ ਦੇ ਲੇ ਵਕੀਲ ਨਿਯੁਕਤ ਕਰਨ ਦੇ ਮਾਮਲੇ ਵਿੱਚ ਭਾਰਤ ਦਾ ਪੱਖ ਰੱਖਣਾ ਚਾਹੁੰਦੇ ਹਨ ਇਹ ਜਾਣਕਾਰੀ ਬੁੱਧਵਾਰ ਨੂੰ ਮੀਡੀਆ ਵਿੱਚ ਪ੍ਰਕਾਸ਼ਿਤ ਖਬਰਾਂ ਵਿੱਚ ਦਿੱਤੀ ਗਈ ਡਾਣ ਅਖਬਾਰ ਦੇ ਮੁਤਾਬਕ اسلامਾਬਾਦ ਹਾਈ ਕੋਰਟ ਦੇ ਮੁੱਖ ਜੱਜ ਅਥਰ ਮਿੰਲਾ ਨਿਆਮੂਰਤੀ ਆਮੀਰ ਫਾਰੂਖ ਅਤੇ ਨਿਆਮੂਰਤੀ ਮੀਆਂ ਗੁਲ हसन ਔਰੰਗਜ਼ੇਬ ਦੇ ਵੱਡੇ ਬੈਂਚ ਦੇ ਸਾਹਮਣੇ ਮੰਗਲਵਾਰ ਨੂੰ ਭਾਰਤੀ ਹਾਈ ਕਮਿਸ਼ਨ ਦੇ ਵਕੀਲ ਬੈਰਿਸਟ ਸ਼ਾਨਵაზ ਨੂਨ ਨੇ ਕਿਹਾ ਕਿ ਜਾਦਵ ਦੇ ਲਈ ਵਕੀਲ ਨੇ ਯਕਤ ਕਰਨ ਦੇ ਮਾਮਲੇ ਤੇ ਵਿਸਥਾਰ ਨਾਲ ਚਰਚਾ ਹੋਣੀ ਚਾਹੀਦੀ ਹੈ ਅਤੇ ਅਦਾਲਤ ਦੇ ਸਾਹਮਣੇ ਆਲੂ ਵਾਲੀ ਪਰ ਸਰਕਾਰ ਦਾ ਪੱਖ ਰੱਖਣਗੇ ਨਿਆਮూర్ਤੀ ਮਨਲਾਹ ਨੇ ਕਿਹਾ ਕਿ ਅੰਤਰਰਾਸ਼ਟਰੀ ਅਦਾਲਤ ਦੇ ਆਦੇਸ਼ ਨੂੰ ਲਾਗੂ ਕਰਨ ਦੇ ਲਈ ਇਸਲਾਮਾਬਾਦ ਹਾਈ ਕੋਰਟ ਪਰ ਸਰਕਾਰ ਦੇ ਜਵਾਬ ਦਾ ਇੰਤਜ਼ਾਰ ਕਰ ਰਿਹਾ ਹੈ ਕਿਉਂਕਿ ਨਿਰਪੱਖ ਸੁਣਵਾਈ ਯਕੀਨੀ ਕਰਨਾ ਸਾਡਾ ਫਰਜ਼ ਹੈ। ਉਹਨਾਂ ਕਹਿਆ ਕਿ ਜੇਕਰ ਡਿਪਲੋਮੈਟ ਅਦਾਲਤ ਦੇ ਸਾਹਮਣੇ ਪੇਸ਼ ਹੋਣਾ ਚਾਹੁੰਦੇ ਹਨ ਤਾਂ ਇਸ ਦਾ ਹਮੇਸ਼ਾ ਸਵਾਗਤ ਹੈ। ਅਟਾਰਨੀ ਜਨਰਲ ਖਾਲਿਦ ਜਵਦ ਖਾਨ ਨੇ ਅਦਾਲਤ ਨੂੰ ਸਲਾਹ ਦਿੱਤੀ ਕਿ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਆ ਸਕਦੇ ਹਨ ਪਰ ਭਾਰਤ ਨੂੰ ਪਹਿਲਾਂ ਮਾਮਲੇ ਦੇ ਲਈ ਵਕੀਲ ਦੀ ਨਿਯੁਕਤੀ ਕਰਨੀ ਚਾਹੀਦੀ ਹੈ। ਖਬਰ ਮੁਤਾਬਕ ਨੂਨ ਨੇ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਨੇ ਜਾਦਵ ਲਈ ਵਕੀਲ ਨਿਯੁਕਤ ਕਰਨ ਦੇ ਮਾਮਲੇ 'ਚ ਭਾਰਤ ਦੀ ਇੱਛਾ ਜ਼ਾਹਰ ਕੀਤੀ ਹੈ। ਜਿਵੇਂ ਕਿ ਜੋ ਹੈ ਕਿ ਪਾਕਿਸਤਾਨ ਦੀ ਸੰਸਦੀ ਕਮੇਟੀ ਨੇ ਅੰਤਰਰਾਸ਼ਟਰੀ ਅਦਾਲਤ ਦੇ ਨਿਰਦੇਸ਼ਾਂ ਤਹਿਤ ਜਾਦਵ ਨੂੰ ਸਮੀਖਿਆ ਕਰਨ ਦੀ ਇਜਾਜ਼ਤ ਦੇਣ ਵਾਲੇ ਸਰਕਾਰ ਦੇ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ ਬ੍ਰਿਟੇਨ ਚ ਫਾਈਜ਼ਰ ਦੇ ਟੀਕੇ ਨੂੰ ਮਨਜ਼ੂਰੀ ਮਿਲਨ ਅਤੇ ਅਗਲੇ ਹਫਤੇ ਤੋਂ ਟੀਕਾਕਰਨ ਸ਼ੁਰੂ ਕੀਤੇ ਜਾਣ ਦੀਆਂ ਖਬਰਾਂ ਵਿਚਾਲੇ ਰੂਸ ਤੋਂ ਵੀ ਅਜਿਹੀ ਹੀ ਖੁਸ਼ਖਬਰੀ ਆਈ ਹੈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਦੇਸ਼ ਦੇ ਸਿਹਤ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਅਗਲੇ ਹਫਤੇ ਤੋਂ ਵੱਡੇ ਪੱਧਰ ਤੇ ਟੀਕਾ ਕਰਨ ਦੀ ਸ਼ੁਰੂਆਤ ਕਰ ਦਿੱਤੀ ਜਾਵੇ ਨਾਲ ਹੀ ਇਹ ਵੀ ਦੱਸਿਆ ਹੈ ਕਿ ਸਪੂਤਨਿਕ 5 ਵੈਕਸੀਨ ਦੀਆਂ 20 ਲੱਖ ਡੋਜ਼ ਦਾ ਉਤਪਾਦਨ ਕੀਤਾ ਜਾ ਚੁੱਕਿਆ ਹੈ ਰੂਸ ਨੇ ਇਹ ਐਲਾਨ ਠੀਕ ਉਸ ਦਿਨ ਕੀਤਾ ਜਦ ਬ੍ਰਿਟਨ ਐ ਫਾਈਜ਼ਰ ਬਾਇਓਟੈਕ ਵੈਕਸੀਨ ਨੂੰ ਮਨਜ਼ੂਰੀ ਦਿੰਦੇ ਹੋਏ ਅਗਲੇ ਹਫਤੇ ਟੀਕਾ ਕਰਨ ਦੀ ਗੱਲ ਕਈ ਹੈ ਪਿਛਲੇ ਹਫਤੇ ਰੂਸ ਨੇ ਕਿਹਾ ਸੀ ਕਿ ਅੰਤਰੀਮ ਜਾਂਚ ਨਤੀਜਿਆਂ ਚ ਸਪੂਤਨਿਕ ਵੈਕਸੀਨ 95 ਫੀਸਦੀ ਅਸਰਦਾਰ ਪਾਈ ਗਈ ਹੈ ਇਹ ਦੂਜੇ ਅੰਤਰਰਾਸ਼ਟਰੀ ਮੁਕਾਬਲੇਬਾਜ਼ਾਂ ਤੋਂ ਅੱਗੇ ਹੈ ਸਪੂਤਨਿਕ ਫਾਈਵ ਕਲੀਨਿਕਲ ਟਰਾਇਲ ਦੇ ਤੀਸਰੇ ਅਤੇ ਅੰਤਰੀਮ ਪੜਾਅ ਦੇ ਵਿੱਚ ਹੈ ਇਸ ਚ 40000 ਵੋਲੰਟੀਅਰਜ਼ ਨੂੰ ਟੀਕਾ ਲਗਾਇਆ ਜਾਵੇਗਾ ਰਾਸ਼ਟਰਪਤੀ ਨੇ ਇਹ ਵੀ ਕਿਹਾ ਕੇ ਟੀਕਾ ਸਭ ਤੋਂ ਪਹਿਲਾਂ ਅਧਿਆਪਕਾਂ ਅਤੇ ਸਿਹਤ ਮੁਲਾਜ਼ਮਾਨ ਨੂੰ ਲਾਇਆ ਜਾਵੇਗਾ ਪੁੱਤ ਨੇ ਦੱਸਿਆ ਕਿ 20 ਲੱਖ ਡੋਜ਼ ਦਾ ਉਤਪਾਦਨ ਅਗਲੇ ਕੁਝ ਦਿਨਾਂ ਦੇ ਵਿੱਚ ਹੋ ਜਾਵੇਗਾ ਵੈਕਸੀਨ ਸਾਰੇ ਰੂਸੀ ਨਾਗਰਿਕਾਂ ਨੂੰ ਮੁਫਤ ਦਿੱਤੀ ਜਾਵੇਗੀ ਅਤੇ ਇਹ ਸਵੈਛਕ ਹੋਵੇਗੀ ਤੇ ਇਸਾਨ ਹੁਣ ਤੱਕ ਦੀਆਂ ਦੁਨੀਆ ਭਰ ਦੀਆਂ ਚੋਣਵੀਆਂ ਖਬਰਾਂ ਵਧੇਰੇ ਖਬਰਾਂ ਦੀ ਜਾਣਕਾਰੀ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮੇਲ ਯੂਐਸਸੀ ਟੀਵੀ ਦੇ ਨਾਲ ਧੰਨਵਾਦ